ਅੱਲਾ ਅੱਲਾ ਖੈਰ ਸੱਲਾ ਦੁਆ ਫਕੀਰਾਂ ਰਹਿਮ ਅੱਲਾ। ਸਫ਼ਰ ਵੀ ਖਾਓਗੇ ਇਨਸ਼ਾਅੱਲਾ, ਉਲਟੀ ਨਹੀਂ ਆਏਗੀ, ਦਿਲ ਨਹੀਂ ਖਰਾਬ ਹੋਗਾ, ਦੁਬਾਰਾ ਮਿਲੋਗੇ, ਆਵਾਜ਼ ਕਰੋਗੇ। ਹਾਂਜੀ ਪ੍ਰਭੂ ਜੀਣੇ ਜੋਗਿਆ, 6 ਪਲੇਟਾਂ, 3 ਡੂੰਘੇ, 2 ਡਿਸ਼ੇ, ਇੱਕ ਟਰੇ ਚਾਹ। ਇੱਥੇ ਰੱਖੋ ਇਹ ਜੀ, ਫਿਰ ਗਲੀ ਰੌਣਕ ਜਿਹੜੇ ਵੀ ਫਿਰ ਗਲੀ ਲਈ ਸਫ਼ਰ, ਫਿਰ ਗਲੀ ਦੀ ਤਰਫ਼ ਸਫ਼ਰ ਕਰਨੇ ਹੋ ਲਾਜ਼ਮੀ ਦਾਲਾਂ ਕਿਨੋਆ। ਉਹ ਗੱਡੀ ਖਲੀ ਗਈ ਜੀ ਸਾਹਮਣੇ, ਨਾਲ ਕਿਨੇ ਮਾਰਿਆ ਇਹ ਜੁੜੇ ਬਜ਼ੁਰਗ। ਵਾਹ ਲਾਲਾ ਜੀ, ਮੁਰਗੇ ਖਾ ਕੇ ਨਾ ਖਾਲੀ ਪਲੇਟ ਗੱਡੀ ਚੋਂ ਬਾਹਰ ਛੱਡੀ ਹੋਣੀ ਆ, ਵਿੱਚ ਨਹੀਂ ਛੱਡੀ, ਸਾਡੇ ਗਵਾਂਢੀਆਂ ਨੇ ਪੈ ਨਾ ਕੱਪਣ ਜਾਣ ਜੀ। ਬਾਕੀ ਜੀ ਫਿਰ ਗਲੀ ਨਾ ਤਾਂ ਸਫ਼ਰ ਅਸਾਨਾ ਜਾਰੀ ਸੀ, ਕਿ ਕ੍ਰਾਸ ਨਹੀਂ ਤਰ ਮਸ਼ਹੂਰ ਫਿਰ ਗਲੀ ਨਹੀਂ ਰੌਣਕ ਦਾਲ ਵਾਲੇ ਚਾਚਾ, ਇਹਨਾਂ ਨੇ ਮੈਂ ਵੀਡੀਓ ਵੀ ਬਣਾਈ ਸੀ ਪਿਛਲੇ ਦਿਨ, ਸਭ ਕਾਫੀ ਪਸੰਦ ਕੀਤੀ ਸੀ। ਅੱਜ ਫਿਰ ਮੁੜ ਗਿਆ ਇਹਨਾਂ ਕੋਲ, ਅਸਾਂ ਦਾਲ ਵਗੈਰਾ ਕੀ ਨਹੀਂ ਹੈ, ਇਹਨਾਂ ਨਾਲ ਮੁਲਾਕਾਤ ਕਰਨਾ। ਅਸਲਾਮ ਅਲੈਕਮ। ਹਾਂਜੀ ਜਦੋਂ ਕੀ ਹਾਲ ਹੈ? ਅਲਹਮਦੁਲਿਲਾ। ਠੀਕ ਹੋਣਾ ਫਿਰ ਗਲੀ ਨੂੰ ਰੌਣਕ, ਕਿਆ ਹਾਲ ਹੈ? ਇਹ ਹਾਲ ਹੈ ਅੱਜ ਅਸਾਂ ਇਨਸ਼ਾਅੱਲਾ ਕਿ ਨਹੀਂ ਦਾਲ, ਇਹ ਦੱਸੋ ਤਾਜ਼ੀ ਹੈ? ਇਨਸ਼ਾਅੱਲਾ ਤਾਜ਼ੀ ਹੈ ਨਿਕੋਲ ਵਾਲਾ ਜੀ, ਹਾਲਾ ਬਣਾ ਕੇ ਲੈ ਕੇ ਆਏ, 2 ਘੰਟਾ ਹੋ ਗਿਆ। ਕਿਆ ਬਾਤ ਹੈ! ਤੇ ਤੁਸੀਂ ਇੱਕ ਉਹ ਪੁਰਾਣਾ ਇੱਕ ਯਾਦ ਦੱਸਾ ਕਰੋ ਜਿਹੜਾ ਸ਼ੇਰ ਪੜ੍ਹਨੇ ਹੋਣੇ ਹੋ। ਅੱਲਾ ਅੱਲਾ ਖੈਰ ਸੱਲਾ ਦੁਆ ਫਕੀਰਾਂ ਰਹਿਮ ਅੱਲਾ। ਮੇਰੇ ਮੋਹਤਰਮ ਬੈਨ ਓ ਬਾਈ ਓ, ਅਸਲਾਮ ਅਲੈਕੁਮ। ਮੇਰੀ ਦਿਲੀ ਦਵਾ ਹੈ ਖੁਦਾ ਬੰਦ ਕਰੇਮ, ਇਸ ਪਰੀ ਲਾਰੀ ਨੂੰ ਆਪਣੀ ਆਪਣੀ ਮੰਜ਼ਿਲ ਮਕਸੂਦ ਤੱਕ ਪਹੁੰਚਾਏ ਸਮਾਵੇ। ਲਓ ਜਿੰਨਾ ਬਲੈ ਲਓ ਦੇਸੀ ਮੁਰਗ ਦੇ ਨਜ਼ਾਰੇ, ਕਾ ਲਓ ਮੂੰਹ ਕਰਾਰ, ਬਾਰਾਂ ਮਿਸਾਲੇ, ਤੇਰਵਾਂ ਜ਼ਾਇਕਾ, ਚੌਦਵਾਂ ਚੂਜ਼ਾ, ਪੰਦਰਵੀਂ ਸਦੀ ਜੀ, ਅੱਡੀ ਪਸਲੀ ਸ਼ੁਰੇ ਤੋਂ ਬਗੈਰ, ਦੇਖਣੇ ਮੈਂ ਦਾਲ ਹੈ, ਖਾਣੇ ਮੈਂ ਜ਼ਾਇਕਾ ਹੈ ਕੁੱਕੜ ਜੀ। ਵਾਹ ਜੀ, ਸਫ਼ਰ ਵੀ ਖਾਓਗੇ ਇਨਸ਼ਾਅੱਲਾ, ਉਲਟੀ ਨਹੀਂ ਆਏਗੀ, ਦਿਲ ਨਹੀਂ ਖਰਾਬ ਹੋਗਾ, ਦੁਬਾਰਾ ਮਿਲੋਗੇ, ਆਵਾਜ਼ ਕਰੋਗੇ। ਹਾਂਜੀ ਪ੍ਰਭੂ ਜੀਣੇ ਜੋਗਿਆ, 6 ਪਲੇਟਾਂ, 3 ਡੂੰਘੇ, 2 ਡਿਸ਼ੇ, ਇੱਕ ਟਰੇ ਚਾਹ। ਬਿਸਮਿਲ੍ਲਾਹ ਜੀ, ਮੁਰਗੇ ਖਾ ਕੇ ਨਾ ਖਾਲੀ ਪਲੇਟ ਗੱਡੀ ਚੋਂ ਬਾਹਰ ਛੱਡੀ ਹੋਣੀ ਆ, ਵਿੱਚ ਨਹੀਂ ਛੱਡੀ, ਸਾਡੇ ਗਵਾਂਢੀਆਂ ਨੇ ਪੈ ਨਾ ਕੱਪਣ ਜਾਣ ਜੀ। ਅੱਛਾ ਅੱਲਾ ਜਾਨਾ, ਪਿਛਲੀ ਜਮਰਾਦੀ ਬੰਦੇ ਪਲੇਟ ਲੱਗੀ ਹੈ, 3 ਟੰਕੇ ਲੱਗੇ ਨੇ, ਪਿੰਡੀ ਖੰਨਾ ਪਿਆ ਤਾਂ ਮੀਰਪੁਰ ਵਾਲੇ ਜਵਾਬ ਦੇਈ ਹੋ ਰਿਹਾ, ਹੋਰ ਪਿੰਡੀ ਭੇਜੋ ਅੱਲਾ ਸੋਹਣੇ ਵੱਲ। ਇਹ ਬਿਸਮਿਲ੍ਲਾਹ ਲਾਲਾ ਜੀ, ਕਿਸੇ ਫੋਨ ਨੰਬਰ ਲਿਖਣਾ ਹੋਵੇ ਲਿਖ ਸਕਦੇ ਹੋ, 0345 9532500 ਨੰਬਰ ਹੈ, ਫੋਨ ਮਾਰੋਗੇ ਤਾਂ ਦਾਲ ਤੁਹਾਡੇ ਡੇਰੇ ਬਹੁਤ ਜੈਸੀ ਅੱਲਾ ਸੋਹਣੇ ਵਾਲਾ ਫੀ ਮਾਨੋ। ਇੱਥੇ ਰੱਖਣਾ ਜੀ ਚਾਚਾ, ਮਹਿਣਾ ਚਾਰ ਚੜ੍ਹ ਲਾਈ ਜਿਹੜੇ ਨੇ, ਹੁਣ ਤੋਂ 3 ਪੁੜੀਆਂ ਸੰਘ ਵੀ ਦਿਓ ਹਾਲਾ। ਬਿਸਮਿਲ੍ਲਾਹ ਕਰੋ ਜੀ ਇਹ ਜੀ ਫਿਰ ਗਲੀ ਰੌਣਕ ਜਿਹੜੇ ਵੀ ਫਿਰ ਗਲੀ ਲਈ ਸਫ਼ਰ, ਫਿਰ ਗਲੀ ਦੀ ਤਰਫ਼ ਸਫ਼ਰ ਕਰਨੇ ਹੋ ਲਾਜ਼ਮੀ ਦਾਲਾਂ ਕਿਨੋ। ਚਾਚੇ ਨਾਲ ਸੰਘ ਵੀ 3-4 ਪੈਕਟ ਜੇ ਦਿੱਤੇ ਨੇ, ਹੁਣ ਇਹਨਾਂ ਕੀ ਪੈਸੇ ਦੇਣੇ, ਕਿਉਂਕਿ ਇਹਨਾਂ ਨੇ ਇੱਕ ਰੋਜ਼ੀ ਦਾ ਸਿਸਟਮ ਹੈ, ਅਤੇ ਬਾਕੀ ਅੱਗੇ ਬੜੀ ਮਜ਼ੇ ਦੀ ਦਾਲ ਹੋਣੀ ਹੈ। ਉਹ ਗੱਡੀ ਖਲੀ ਗਈ ਜੀ ਸਾਹਮਣੇ, ਨਾਲ ਕਿਨੇ ਮਾਰਿਆ ਇਹ ਜੁੜੇ ਬਜ਼ੁਰਗ। ਵਾਹ ਇਹ ਤਾਂ ਕੋਈ ਇਸ ਤਰ੍ਹਾਂ ਇਹਨਾਂ ਨੇ ਫੈਨ ਨੇ ਜਿਹੜੇ ਇਹਨਾਂ ਕੋਲ ਦਾਲ ਚਲ ਗਏ ਨੇ, ਹੁਣ ਤਾਂ ਛਾਵਾਂ ਜਾਈਏ ਖਲਦੇ ਨੇ ਇਹ ਤੱਕ। ਕਿਆ ਬਾਤ ਹੈ ਜੀ! ਏਵਨ ਜੀ ਫਿਰ ਗਲੀ ਆਜ਼ਾਦ ਕਸ਼ਮੀਰ ਨੇ ਮਸ਼ਹੂਰ ਖੂਬਸੂਰਤ ਤਰੀਨ ਮੋੜ, ਤੁਸਾਂ ਕੀ ਮਜ਼ੇ ਨਹੀਂ ਗੱਲ ਦੱਸਾਂ, ਇੱਥੇ ਇੱਕ ਬਜ਼ੁਰਗ ਹੋਣੇ ਬੈਠੇ ਹੋਏ ਜਿਨ੍ਹਾਂ ਨੇ ਇੱਥੋਂ ਵੀਡੀਓ ਤੱਕੀ ਹੈ, ਇਹ ਬਜ਼ੁਰਗ ਪੱਕੇ ਇਸ ਸੜਕਾਂ ਪਰ ਰੋਜ਼ੀ ਕਮਾਉਣੇ ਔਰ ਦਾਲ ਵਗੈਰਾ ਵੇਚਣੇ, ਔਰ ਇੱਥੇ ਵੀ ਆਪਣੇ ਕਾਰਨਾ ਨਿਜ਼ਾਮ ਟੋਰਨੇ, ਜਿਤਨੇ ਵੀ ਦੋਸਤ ਭੈਣਾਂ ਭਰਾ ਬਜ਼ੁਰਗ ਵੀਡੀਓ ਤੱਕਣੇ ਹੋ, ਉਹ ਲਾਜ਼ਮੀ ਇਹਨਾਂ ਚਾਚੇ ਕੋਲੋਂ ਦਾਲ ਵਗੈਰਾ ਕਿੰਨੇ, ਯਕੀਨ ਕਰੋ ਬੜੀ ਮਜ਼ੇ ਨਹੀਂ ਹੋਣੀ ਹੈ। ਵੈਸੇ 30 ਰੁਪਏ ਨੇ ਇੱਕ ਪੁੜੀ ਦੇਣੇ, ਲੇਕਿਨ ਅਗਰ ਤੁਸੀਂ 2 ਕਿਲੋ ਜਾਂ 4 ਕਿਲੋ, 4 ਕਿਲੋ ਤਾਂ 100 ਰੁਪਏ ਨੇ, ਤੁਸਾਂ ਕੀ 4 ਦਈਓ ਸਨ, ਵੈਸੇ 120 ਰੁਪਏ ਬਲਕਿ, ਲੇਕਿਨ ਇਸ ਤਰ੍ਹਾਂ ਫਿਰ ਥੋੜ੍ਹੀ ਸਸਤੀ ਦੇਣੇ। ਫਿਰ ਗਲੀ ਨਾਲ ਖੂਬਸੂਰਤ ਸਫ਼ਰ ਤੁਸੀਂ ਲਾਜ਼ਮੀ ਕਰੋ, ਔਰ ਨਾਲ ਨਾਲ ਇਹਨਾਂ ਚਾਚੇ ਕੋਲੋਂ ਦਾਲ ਵੀ ਕਿਲੋ, ਤਾਂ ਕਿ ਦਾਲ ਵੀ ਬੜੀ ਮਜ਼ੇ ਨਹੀਂ ਹੈ, ਤੁਸਾਂ ਕੀ ਚਾਚੇ ਨਾਲ ਕਿਹਾ ਵੀ ਦੱਸਿਆ ਸੀ ਕਿ ਉਲਟੀ ਵਗੈਰਾ ਵੀ ਨਹੀਂ ਲੱਗਣੀ। ਬਾਕੀ ਜਿਤਨੇ ਵੀ ਜੁੜੇ ਰਹੇ ਆਖਰ ਤੱਕ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਚੈਨਲ ਕੇ ਸਬਸਕ੍ਰਾਈਬ ਕਰੋ, ਮਿਲ ਸਾ ਅੱਛੀ ਵੀਡੀਓ ਨਾਲ, ਅੱਲਾ ਹਾਫਿਜ਼, ਜਜ਼ਾਕ ਅੱਲਾ।